ਜਦੋਂ ਮੈਂ ਬਾਜ਼ਾਰਾਂ ਵਿੱਚੋਂ ਲੰਘਦਾ ਤੇ ਮੇਰੇ ਦੋਸਤ ਮੇਰੇ ਤੇ ਹੱਸਦੇ ਆ ਦੇਖੋ ਮੈਂ ਸਾਡੇ ਪੜੋਸ ਦੇ ਵਿੱਚ ਖੜੀਆਂ ਕਾਰਾਂ ਨੂੰ ਦੇਖਦਾ ਹੁੰਦਾ ਉਹਨਾਂ ਦੇ ਹੱਥ ਫੇਰਨਾ ਵੀ ਕਦੇ ਮੈਂ ਇਹੋ ਜਿਹੇ ਸਾਧਨ ਵੀ ਹੰਡਾਉਂਗਾ ਕਈ ਵਾਰ ਇਹੋ ਜਿਹੀ ਸਥਿਤੀਆਂ ਵੀ ਆਉਂਦੀਆਂ ਵੀ ਸਾਈਕਲ ਦੀ ਮੈਂ ਕਾਠੀ ਦੇ ਉੱਤੇ ਖੜੇ ਹੋ ਕੇ ਪੋਸਟਰ ਲਾ ਰਿਹਾ ਉਹਨਾਂ ਤੇ ਗਿਰ ਗਿਆ ਇੱਥੇ ਸੱਟਾਂ ਲੱਗੀਆਂ ਮੈਨੂੰ ਖਬਰ ਮਿਲਦੀ ਹੈ ਵੀ ਤੁਹਾਡਾ ਨਾਂ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਇਨਵੋਲਵ ਕਰ ਲਿਆ ਗਿਆ। ਮੈਨੂੰ ਵੱਖ-ਵੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਦੋਂ ਮੇਰੀ ਉਹ ਮੰਜ਼ਲ ਕਰੀਬ ਸੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਇੱਕਦਮ ਐਸੀ ਖਰਾਬਟ ਆਈ ਸਾਡਾ ਰਸੂਖ ਕਮਣਾ ਆਇਆ ਸਾਡਾ ਪੈਸਾ ਕਮਣਾ ਆਇਆ ਇੰਨੇ ਜ਼ਿੰਦਗੀ 'ਚ ਉਤਾਰ ਚੜਾ ਦਿੱਤੇ ਕਿਸੇ ਬੁਲੰਦੀਆਂ ਤੇ ਪਹੁੰਚਾਇਆ ਫੇਰ ਫਰਸ਼ ਤੇ ਡਿੱਗੇ ਇੱਕ ਉਹ ਫੇਸ ਸੀ ਜਦੋਂ ਮੈਂ ਸਾਈਕਲ ਦੇ ਉੱਤੇ ਪੋਸਟਰ ਲਾਉਣ ਜਾਂਦਾ ਸੀ ਤੇ ਉਸ ਤੋਂ ਬਾਅਦ ਥੋੜੇ ਜੇ ਪੈਸੇ ਇਕੱਠੇ ਕੀਤੇ ਤੇ ਮੈਂ ਅੱਜ ਮੈਂ ਜਗਜੀਤ ਸਿੰਘ ਡਿਸਟ੍ਰਿਕਟ ਸੰਗਰੂਰ ਪੰਜਾਬ ਤੋਂ ਆਪਦੀ ਜ਼ਿੰਦਗੀ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਕਿਵੇਂ ਉਤਾਰ ਤੇ ਚੜ੍ਹਾ ਆਏ ਤੇ ਅੱਜ ਮੈਂ ਜੋ ਵੀ ਹਾਂ ਉਹ ਕਿੰਨਾ ਘਟਨਾਵਾਂ ਕਰਕੇ ਜਾਂ ਕਿੰਨਾ ਦੁਰਘਟਨਾਵਾਂ ਕਰਕੇ ਹਾਂ ਸੋ ਇਹ ਕਹਾਣੀ ਸ਼ੁਰੂ ਹੁੰਦੀ ਹੈ ਜ਼ਿਲ੍ਹਾ ਸੰਗਰੂਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਭੜੀ ਮਾਨਸਾ ਦੇ ਵਿੱਚੋਂ ਜਿੱਥੇ ਮੇਰੇ ਪਿਤਾ ਜੀ ਦਾ ਜਨਮ ਹੋਇਆ ਉਹ ਆਪਣੇ ਤਿੰਨ ਭਰਾਵਾਂ ਦੇ ਵਿੱਚੋਂ ਇੱਕੋ ਹੀ ਸੀ ਜੋ ਪੜ੍ਹੇ ਕਿਉਂਕਿ ਬਾਕੀ ਜਿਹੜਾ ਪਰਿਵਾਰ ਸੀ ਉਹ ਸਲਾਈ ਦਾ ਕੰਮ ਕਰਦਾ ਸੀ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਮੇਰੇ ਵੱਡੇ ਭਰਾ ਦਾ ਮੇਰੀ ਵੱਡੀ ਭੈਣ ਦਾ ਜਨਮ ਹੁੰਦਾ ਤੇ ਉਸ ਤੋਂ ਬਾਅਦ ਮੇਰਾ ਜਨਮ ਹੁੰਦਾ ਇੱਕ ਸੰਘਰਸ਼ ਲੜਨ ਵਾਲਾ ਵਿਅਕਤੀ ਅਧਿਆਪਕ ਬਣਿਆ ਉਸਨੇ ਆਪਣੇ ਬੱਚਿਆਂ ਨੂੰ ਪੜਾਇਆ ਤੇ ਫਿਰ ਇਥੋਂ ਕਹਾਣੀ ਸ਼ੁਰੂ ਹੁੰਦੀ ਹੈ ਮੇਰੀ ਤੇ ਮੇਰੇ ਫਾਦਰ ਸਾਹਿਬ ਨੂੰ ਬੜਾ ਸ਼ੌਂਕ ਸੀ ਵੀ ਮੇਰੇ ਬੱਚੇ ਨੇ ਜਿਹੜੇ ਉਹ ਫਿਜ਼ੀਕਲੀ ਬੜੇ ਤੰਦਰੁਸਤ ਹੋਣ ਬੜੇ ਰਿਸਟ ਪੋਸਟ ਹੋਣ ਤੇ ਬੜੇ ਲੰਬੇ ਲੰਜੇ ਹੋਣ ਇਸ ਲਈ ਉਹਨਾਂ ਨੇ ਉਹ ਸਾਡੇ ਭਰਾਵਾਂ ਦੇ ਉੱਤੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਸਾਨੂੰ ਵਕ ਵਕ ਫਿਜ਼ੀਕਲ ਐਕਟੀਵਿਟੀਆਂ ਦੇ ਵਿੱਚ ਐਕਸਰਸਾਈਜ਼ ਦੇ ਵਿੱਚ ਇਸ ਤਰ੍ਹਾਂ ਪਾਉਣਾ ਸ਼ੁਰੂ ਕੀਤਾ ਤੇ ਉਸ ਚੀਜ਼ ਸਾਡੇ ਤੇ ਇੰਨੀ ਹਾਵੇ ਰਹੀ ਕਿ ਮੈਨੂੰ ਉਹਨਾਂ ਨੇ ਕਈ-ਕਈ ਘੰਟੇ ਐਕਸਰਸਾਈਜ਼ ਕਰਾਉਣੀ ਇਥੋਂ ਤੱਕ ਕਿ ਮੇਰੇ ਹੱਥ ਬੰਨ ਕੇ ਲਟਕਾ ਦੇਣੇ ਵੀ ਦੀ ਹਾਈਟ ਵਧੇ ਜਿੱਥੇ ਇਸ ਦੇ ਨਾਲ ਮੇਰੇ ਚ ਸਟਰੈਂਥ ਆਈ ਪੋਜ਼ਿਟਿਵਿਟੀ ਆਈ ਤੇ ਮੇਰੇ ਚ ਇੱਕ ਬਿਨਾ ਗੱਲ ਤੋਂ ਕੰਪਲੈਕਸ ਆ ਗਿਆ ਮੇਰੇ ਚ ਵੀ ਮੇਰੀ ਹਾਈਟ ਛੋਟੀ ਹੈ ਹਾਲਾਂਕਿ ਮੈਂ ਅੱਜ ਵੀ ਐਵਰੇਜ ਹਾਈਟ ਦਾ ਇਨਸਾਨ ਹ ਪਰੰਤੂ ਉਹ ਚੀਜ਼ ਮੇਰੇ ਦਿਮਾਗ ਦੇ ਵਿੱਚ ਘਰ ਕਰ ਗਈ ਤੇ ਇਥੋਂ ਤੱਕ ਨਹੀਂ ਸੀ ਮੇਰਾ ਰੰਗ ਵੀ ਜਿਹੜਾ ਹੈਗਾ ਸੀਗਾ ਉਹ ਕਿਤਨਾ ਕਿਤੇ ਮੈਂ ਕਾਲਾ ਹੀ ਸਮਝਦਾ ਸੀਗਾ ਤੇ ਕੁਛ ਰਿਸ਼ਤੇਦਾਰਾਂ ਵੱਲੋਂ ਬੋਲੇ ਹੈ ਬੋਲ ਕੁਛ ਕਿਸੇ ਯਾਰ ਦੋਸਤਾਂ ਵੱਲੋਂ ਬੋਲੇ ਬੋਲੇ ਗਏ ਬੋਲ ਉਹ ਮੇਰੇ ਅੰਦਰ ਇਸ ਤਰ੍ਹਾਂ ਬੈਠ ਗਏ ਕਿ ਮੈਂ 8ਵੀਂ ਕਲਾਸ ਤੱਕ ਪਹੁੰਚਦਾ ਪਹੁੰਚਦਾ ਦੋ ਗੱਲਾਂ ਦਾ ਸ਼ਿਕਾਰ ਹੋ ਗਿਆ ਵੀ ਇੱਕ ਤਾਂ ਮੇਰੀ ਹਾਈਟ ਘਟ ਹੈ ਤੇ ਇੱਕ ਜਿਹੜਾ ਮੇਰਾ ਰੰਗ ਹੈ ਉਹ ਕਾਲਾ ਤੋਂ 8ਵੀਂ ਕਲਾਸ ਦੇ ਵਿੱਚ ਮੈਂ ਜਦੋਂ ਪਹੁੰਚਿਆ ਮੈਂ ਖਾਲਸਾ ਸਕੂਲ ਦੇ ਵਿੱਚ ਸਾਡੇ ਪੜਦਾ ਸੀਗਾ ਤੇ ਉੱਥੇ ਸਾਡੇ ਐਨਸੀਸੀ ਹੁੰਦੀ ਸੀ ਮੈਨੂੰ ਬੜਾ ਸ਼ੌਂਕ ਸੀਗਾ ਐਨਸੀਸੀ ਦਾ ਵੀ ਮੈਂ ਐਨਸੀਸੀ ਜੁਆਇਨ ਕਰਾ ਮੈਂ ਸਾਡੇ ਜਿਹੜੇ ਟੀਚਰ ਸੀਗੇ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਵੀ ਸਰ ਮੈਂ ਐਨਸੀਸੀ ਲੈਣੀ ਆ ਉਹਨਾਂ ਦਾ ਇੱਕੋ ਸ਼ਬਦ ਚੱਲ ਬਚੀ ਜਾ ਬਾਜਾਥ ਤੇ ਉਹ ਬੋਲ ਵੀ ਮੇਰੇ ਅੰਦਰ ਗੂੰਜਦੇ ਰਹੇ ਹਾਲਾਂਕਿ ਮੈਂ ਜिद ਨਾ ਛੱਡੀ ਮੈਂ ਬਾਰ-ਬਾਰ ਆਪਣੇ ਅਧਿਆਪਕ ਕੋਲ ਜਾਣਾ ਵੀ ਸਰ ਮੈਂ ਐਨਸੀਸੀ ਜੁਆਇਨ ਕਰਨੀ ਆ ਉਹਨਾਂ ਨੇ ਮੇਰੀ ਦ੍ਰਿੜਤਾ ਨੂੰ ਦੇਖਦੇ ਹੋਏ ਮੈਨੂੰ ਐਨਸੀਸੀ ਚ ਲਿਆ ਤੇ ਉੱਥੇ ਫਿਰ ਮੈਂ ਆਪਣੀ ਪਰਫਾਰਮੈਂਸ ਦਿਖਾਈ ਮੈਂ ਦੇਸ਼ ਤੇ ਵੱਖ-ਵੱਖ ਕੈਂਪਾਂ ਵਿੱਚ ਜਾਣਾ ਸ਼ੁਰੂ ਕੀਤਾ ਐਨਐਸਸੀ ਮੇਰੇ ਦਿਮਾਗ ਦੇ ਵਿੱਚ ਇੰਨਾ ਘਰ ਕਰ ਚੁੱਕੀ ਸੀ ਮੈਂ ਫਿਰ ਜਦੋਂ ਪਲੱਸ 1 ਪਲੱਸ 2 ਦੇ ਵਿੱਚ ਨਾਨ ਮੈਡੀਕਲ ਚ ਐਡਮਿਸ਼ਨ ਲਈ ਰਣਵੀਰ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਹਿਲੇ ਦਿਨ ਜਾ ਕੇ ਐਨਐਸਸੀ ਜੁਆਇਨ ਕੀਤੀ ਜਦੋਂ ਮੈਂ 10 ਪਲੱਸ 2 ਪਾਸ ਕਰਦਾ ਤਾਂ ਮੈਨੂੰ ਪਰਿਵਾਰ ਦੇ ਵਿੱਚ ਜਿਵੇਂ ਅਕਸਰ ਹੁੰਦਾ ਬਿਠਾ ਕੇ ਪੁੱਛਿਆ ਗਿਆ ਕਿ ਬੱਚੇ ਤੂੰ ਅੱਗੇ ਕੀ ਕਰਨਾ ਮੈਂ ਸੋਚਦਾ ਸੀਗਾ ਵੀ ਮੇਰੇ ਪਿਤਾ ਜੀ ਅਧਿਆਪਕ ਨੇ ਮੇਰੇ ਬ੍ਰਦਰ ਅਧਿਆਪਕ ਨੇ ਤੇ ਸਾਡੇ ਕੋਲ ਜਿਹੜੇ ਘਰ ਦੇ ਵਿੱਚ ਸੋਰਸਸ ਨੇ ਉਹ ਸਾਈਕਲ ਹੈ ਸੋ ਮੇਰੀਆਂ ਇਛਾਵਾਂ ਬਹੁਤ ਬਲਬਾਨ ਸੀਗੀਆਂ ਮੈਂ ਸਾਡੇ ਪੜੋਸ ਦੇ ਵਿੱਚ ਖੜੀਆਂ ਕਾਰਾਂ ਨੂੰ ਦੇਖਦਾ ਹੁੰਦਾ ਉਹਨਾਂ ਦੇ ਹੱਥ ਫੇਰਨਾ ਵੀ ਕਦੇ ਮੈਂ ਇਹੋ ਜਿਹੇ ਸਾਧਨ ਵੀ ਹੰਡਾਉਂਗਾ ਤੇ ਮੈਂ ਐਲਾਨ ਕਰ ਦਿੱਤਾ ਵੀ ਮੈਂ ਅਧਿਆਪਕ ਨਹੀਂ ਬਣਨਾ ਸੋ ਮੇਰੇ ਪਿਤਾ ਜੀ ਨੇ ਕਿਹਾ ਵੀ ਚਲੋ ਜੋ ਤੁਸੀਂ ਕਰਨਾ ਚਾਹੁੰਦੇ ਉਹ ਕਰ ਲਓ ਤੇ ਫਿਰ ਮੈਂ 10+2 ਤੋਂ ਬਾਅਦ ਬਹੁਤ ਟਰਾਈ ਕੀਤੀ ਮੈਂ ਇੰਜੀਨੀਅਰਿੰਗ ਦੀ ਡਿਗਰੀ ਵਿੱਚ ਐਡਮਿਸ਼ਨ ਨਾ ਲੈ ਸਕਿਆ ਪਰੰਤੂ ਮੈਨੂੰ ਅੱਛੇ ਸ਼ਹਿਰ ਜਿਹੜਾ ਜਲੰਧਰ ਦੇ ਵਿੱਚ ਮਿਹਰਚੰਦ ਪੋਲੀਟੈਕਨਿਕ ਦੇ ਵਿੱਚ ਮੈਂ ਡਿਪਲੋਮਾ ਦੇ ਵਿੱਚ ਐਡਮਿਸ਼ਨ ਲੈ ਲਈ। ਜਦੋਂ ਮੈਂ ਉੱਥੇ ਐਡਮਿਸ਼ਨ ਲੈਂਦਾ ਤਾਂ ਫਿਰ ਉਹੀ ਗੱਲ ਪਹਿਲੇ ਦਿਨ ਮੈਂ ਜੁਆਇਨ ਕਰਦਾ ਐਨਸੀਸੀ। ਜਿੱਥੋਂ ਮੇਰੇ ਦੇ ਵਿੱਚ ਇਹ ਫਿਰ ਲੀਡਰਸ਼ਿਪ ਕੁਆਲਟੀਜ਼ ਪੈਦਾ ਹੁੰਦੀਆਂ ਨੇ ਤੇ ਮੈਂ ਉਹ ਜਿਹੜਾ ਡਿਪਲੋਮਾ ਉਸ ਦੇ ਦੌਰਾਨ ਹਰ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦਾ ਤੇ ਮੇਰਾ ਸੁਪਨਾ ਸੀ ਵੀ ਮੈਂ ਇੱਕ ਅੱਛਾ ਇੰਜੀਨੀਅਰ ਬਣਾ ਤੇ ਉਹ ਸੁਪਨਾ ਉਦੋਂ ਸাকার ਹੋਇਆ ਜਦੋਂ ਇੱਕ ਦਿਨ ਸਾਡੇ ਕਾਲਜ ਦੇ ਵਿੱਚ ਇੱਕ ਕੰਪਨੀ ਪੀਸੀਐਲ ਮਹਾਲੀ ਤੋਂ ਆਉਂਦੀ ਹੈ। ਉਹ ਬੱਚਿਆਂ ਦੀ 3rd ਇਅਰ ਦੇ ਵਿੱਚ ਇੰਟਰਵਿਊ ਕੰਡਕਟ ਕਰਦੀ ਹੈ ਉਸ ਇੰਟਰਵਿਊ ਦੇ ਵਿੱਚ ਅਸੀਂ 4 ਜਿਹੜੇ ਲੜਕੇ ਆ ਸਿਲੈਕਟ ਹੁੰਦੇ ਆ 3 ਇਲੈਕਟ੍ਰੋਨਿਕਸ ਦੇ 1 ਮਕੈਨਿਕਲ ਦਾ ਮੈਂ ਮਕੈਨਿਕਲ ਦਾ ਵਿਦਿਆਰਥੀ ਸੀ ਤੇ ਉਹ ਸਿਲੈਕਸ਼ਨ ਤੋਂ ਬਾਅਦ ਸਾਨੂੰ ਆਫਰ ਦਿੰਦੇ ਨੇ ਵੀ ਤੁਸੀਂ ਜਾ ਕੇ ਸਾਨੂੰ ਜੁਆਇਨ ਕਰ ਲੈਣਾ ਜਦੋਂ ਤੁਹਾਡੀ ਸਟੱਡੀ ਕੰਪਲੀਟ ਹੁੰਦੀ ਆ ਤਾਂ ਮੈਂ ਉਸੇ ਤਰ੍ਹਾਂ ਹੀ ਕੀਤਾ ਜਦੋਂ ਮੇਰੀ ਸਟੱਡੀ ਕੰਪਲੀਟ ਹੋਈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ 1 ਮਹੀਨੇ ਬਾਅਦ ਜੁਆਇਨ ਕਰ ਲਓ ਅਸੀਂ ਅਜੇ ਤੁਹਾਨੂੰ ਜੁਆਇਨ ਨਹੀਂ ਕਰਾ ਸਕਦੇ ਤਾਂ ਫਿਰ ਮੈਂ ਵਾਪਸ ਘਰ ਆਉਣਾ ਘਰ ਜਿਹੜੇ ਮੇਰੇ ਵੱਡੇ ਬ੍ਰਦਰ ਸੀਗੇ ਉਹਨਾਂ ਕੋਲ ਕੁਝ ਬੱਚੇ ਟਿਊਸ਼ਨ ਤੇ ਪੜਨ ਆਉਂਦੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਥੋੜਾ ਜਿਹਾ ਪੜ੍ਹਾਓ ਤੇ ਮੈਂ 5-7 ਦਿਨ ਕਿਤੇ ਘੁੰਮ ਕੇ ਆਉਣਾ ਤਾਂ ਉਹ 10ਵੀਂ ਦੇ ਵਿਦਿਆਰਥਣਾਂ ਸੀਗੀਆਂ ਕੁਝ ਮੈਂ ਉਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਮੇਰਾ ਪੜ੍ਹਾਉਣਾ ਵਧੀਆ ਲੱਗਿਆ ਤੇ ਉਹਨਾਂ ਨੇ ਕਿਹਾ ਵੀਰ ਜੀ ਤੁਸੀਂ ਬਹੁਤ ਸੋਨਾ ਪੜ੍ਹਾਉਂਦੇ ਹੋ ਤੇ ਤੁਸੀਂ ਸਾਨੂੰ ਪੜ੍ਹਾ ਰਹੇ ਹੋ ਅਸੀਂ ਹੋਰ ਨਾਲ ਲੜਕੀਆਂ ਨੂੰ ਬੁਲਾ ਲਈਏ ਤੋ ਇਸ ਤਰ੍ਹਾਂ ਕਰਦੇ ਕਰਦੇ ਮੇਰੇ ਕੋਲ ਇੱਕ ਹਫਤੇ ਦੇ ਵਿੱਚ 100 ਵਿਦਿਆਰਥੀ ਜਿਹੜੇ ਨੇ ਉਹ ਟਿਊਸ਼ਨ ਤੇ ਪੜਨ ਲਈ ਲੱਗ ਜਾਂਦੇ ਨੇ ਇੱਥੇ ਮੇਰੀ ਜ਼ਿੰਦਗੀ ਦੇ ਵਿੱਚ ਟਰਨ ਆਉਂਦਾ ਹੈ ਟਵਿਸਟ ਆਉਂਦੀ ਹੈ ਜਿਹੜਾ ਵਿਅਕਤੀ ਇੰਜੀਨੀਅਰ ਬਣਨਾ ਚਾਹੁੰਦਾ ਸੀ ਉਹਦੇ ਅੰਦਰ ਜਿਹੜੇ ਪਿਤਾ ਪੁਰਖੀ ਗੁਣ ਸੀ ਟੀਚਿੰਗ ਦੇ ਉਹ ਵਾਲਾ ਮਾਰਦੇ ਨੇ ਅਤੇ ਫਿਰ ਮੈਂ ਜਿਹੜਾ ਹੈਗਾ ਮੇਰੇ ਵੱਡੇ ਬ੍ਰਦਰ ਨਾਲ ਅਸੀਂ ਸਾਰਾ ਪਰਿਵਾਰ ਰਲ ਕੇ ਧੂਰੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਕੋਚਿੰਗ ਇੰਸਟੀਚਿਊਸ਼ਨ ਸਟਾਰਟ ਕਰਦੇ ਹਾਂ ਮਾਡਰਨ ਸਾਇੰਸ ਅਕੈਡਮੀ ਇੱਥੇ ਇੱਕ ਘਰ ਹੈ ਸਾਡਾ ਉਸ ਦੇ ਵਿੱਚ ਦੋ ਕਮਰੇ ਨੇ ਤੇ ਜਿਹੜਾ ਮੇਰਾ ਸੰਘਰਸ਼ ਦੀ ਕਹਾਣੀ ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਮੇਰੇ ਫਾਦਰ ਸਾਹਿਬ ਸੀ ਜਿਹੜੇ ਉਹਨਾਂ ਦੇ ਕੋਲ ਇੱਕ ਸਾਈਕਲ ਸੀ ਉਹ ਸਾਈਕਲ ਤੋਂ ਮੈਂ ਆਪਣੀ ਸਟੋਰੀ ਸ਼ੁਰੂ ਕੀਤੀ ਹੈ ਘਰ ਦੇ ਵਿੱਚ ਮਾਡਰਨ ਸਾਇੰਸ ਅਕੈਡਮੀ ਬਣਾਈ ਹੈ ਦੋ ਕਮਰੇ ਕਲਾਸਰੂਮ ਬਣਾਏ ਨੇ ਇੱਕ ਛੋਟੀ ਜਿਹੀ ਰਸੋਈ ਨੂੰ ਇੱਕ ਦਫ਼ਤਰ ਬਣਾ ਲਿਆ ਔਰ ਘਰ ਦੇ ਵਿੱਚ ਇੱਕ ਪਰਦਾ ਕਰ ਦਿੱਤਾ ਤੇ ਮੇਰੇ ਮਾਤਾ ਜੀ ਦੀ ਕੁਰਬਾਨੀ ਜਿੰਨਾ ਤੱਕ ਮੈਂ ਅਕੈਡਮੀ ਚਲਾਉਂਦਾ ਰਿਹਾ ਉਹਨਾਂ ਨੇ ਕੱਪੜੇ ਧੋਣੇ ਤੇ ਰਾਤ ਨੂੰ ਧੋਣੇ ਵੀ ਦਿਨ ਦੇ ਵਿੱਚ ਮੇਰਾ ਬੱਚਾ ਜਿਹੜਾ ਹੈਗਾ ਉਹ ਪੜ੍ਹਾ ਰਿਹਾ ਡਿਸਟਰਬੈਂਸ ਨਾ ਹੋਵੇ ਤਾਂ ਉਹ ਗੁਣ ਜੋ ਪਿਤਾ ਪੁਰਖੀ ਸੀ ਲੇਕਿਨ ਇੱਕ ਇੰਜੀਨੀਅਰ ਬਣਨ ਵਾਲਾ ਮਨੁੱਖ ਕਿਵੇਂ ਟੀਚਿੰਗ ਦੇ ਵਿੱਚ ਆ ਗਿਆ ਤੇ ਕਿਵੇਂ ਉਹ ਜਾਦੂ ਚੱਲਦਾ ਉਹ ਸਟੋਰੀ ਇੱਥੋਂ ਸਟਾਰਟ ਹੁੰਦੀ ਹੈ ਰਾਤ ਨੂੰ ਮੈਂ ਤਕਰੀਬਨ 1:30 ਵਜੇ ਉੱਠ ਕੇ ਸਾਈਕਲ ਦੇ ਉੱਤੇ ਪਿੰਡਾਂ ਦੇ ਵਿੱਚ ਉਸ ਅਕੈਡਮੀ ਦੇ ਪੋਸਟਰ ਲਾਉਣ ਜਾਣਾ ਕਈ ਵਾਰ ਇਹੋ ਜਿਹੀ ਸਥਿਤੀਆਂ ਵੀ ਆਉਂਦੀਆਂ ਵੀ ਸਾਈਕਲ ਦੀ ਮੈਂ ਕਾਠੀ ਦੇ ਉੱਤੇ ਖੜੇ ਹੋ ਕੇ ਪੋਸਟਰ ਲਾ ਰਿਆ ਉਹਨਾਂ ਤੇ ਗਿਰ ਗਿਆ ਇੱਥੇ ਸੱਟਾਂ ਲੱਗੀਆਂ ਤੋਂ ਉਹ ਪੋਸਟਰ ਲਾ ਕੇ ਆਪਣੀ ਅਕੈਡਮੀ ਦਾ ਪ੍ਰਚਾਰ ਕਰਨਾ ਉਸ ਤੋਂ ਬਾਅਦ ਸਵੇਰੇ 6 ਵਜੇ ਤੋਂ ਪਹਿਲਾ ਬੈਚ ਸਟਾਰਟ ਕਰਨਾ ਕੋਚਿੰਗ ਇੰਸਟੀਚਿਊਸ਼ਨ ਦਾ ਵੱਖ-ਵੱਖ ਐਂਟਰੈਂਸ ਇਗਜ਼ਾਮ ਦੀ ਕੋਚਿੰਗ ਤੇ ਹਾਲਾਤ ਇਹ ਬਣ ਗਏ ਵੀ ਸਾਡੇ ਨਿੱਕੇ ਜਿਹੇ ਸ਼ਹਿਰ ਧੂਰੀ ਦੇ ਵਿੱਚ ਸਾਡੇ ਤੋਂ ਕੋਚਿੰਗ ਲੈਣ ਵਾਸਤੇ ਲੈਣਾ ਲੱਗੀਆਂ ਹੁੰਦੀਆਂ ਤੇ ਲੋਕ ਬਠਿੰਡੇ ਤੋਂ ਲੁਧਿਆਣੇ ਤੋਂ ਇਧਰੋਂ ਪਾਤਣਾ ਹਿਸਾਰ ਤੋਂ ਬਹੁਤ ਦੂਰੋਂ ਦੂਰੋਂ ਆ ਕੇ ਸਾਡੇ ਤੋਂ ਕੋਚਿੰਗ ਲੈਣ ਲੱਗੇ ਤੇ ਸਵੇਰੇ 6 ਵਜੇ ਤੋਂ 7 ਵਜੇ ਤੱਕ 12 ਵਜੇ ਦੁਪਹਿਰ ਤੱਕ ਲਗਾਤਾਰ ਫਿਰ ਉਸ ਤੋਂ ਬਾਅਦ ਟ੍ਰੇਨ ਪਕੜ ਕੇ ਨਾਬਾ ਸ਼ਹਿਰ ਦੇ ਵਿੱਚ 200 ਬੱਚਿਆਂ ਨੂੰ ਪੜਾਉਣਾ ਫਿਰ ਉੱਥੋਂ ਬੱਸ ਪਕੜ ਕੇ ਸੰਗਰੂਰ ਦੇ ਵਿੱਚ ਪੜਾਉਣਾ ਇਹ ਮੇਰਾ ਰੋਜ਼ ਦਾ ਨਿਤਨੇਮ ਹੋ ਗਿਆ ਜਦੋਂ ਇਹ ਸਿਲਸਿਲਾ ਚੱਲਦਾ ਰਿਹਾ ਸਾਡਾ ਨਾਂ ਬਣ ਗਿਆ ਮਾਡਰਨ ਸਾਇੰਸ ਅਕੈਡਮੀ ਫਿਰ 1995 ਦੇ ਵਿੱਚ ਮੇਰੇ ਫਾਦਰ ਸਾਹਿਬ ਰਿਟਾਇਰ ਹੁੰਦੇ ਨੇ ਮੈਨੂੰ ਫੇਰ ਬਿਠਾਇਆ ਜਾਂਦਾ ਫੇਰ ਨੂੰ ਫੇਰ ਪੁੱਛਿਆ ਜਾਂਦਾ ਵੀ ਬੇਟਾ ਤੁਸੀਂ ਅੱਗੇ ਕੀ ਕਰਨਾ ਜੇ ਅਸੀਂ ਤੁਸੀਂ ਕਹੋਗੇ ਵੀ ਕੱਲ ਨੂੰ ਅਸੀਂ ਇਸ ਨੂੰ ਪ੍ਰੋਫੈਸ਼ਨ ਬਣਾਉਣਾ ਤਾਂ ਅਸੀਂ ਕੀ ਕਹਾਂਗੇ ਮੁੰਡਾ ਕੀ ਕਰਦਾ ਟਿਊਸ਼ਨਾਂ ਪੜਾਉਂਦਾ ਤਾਂ ਮੈਂ ਆਪਦਾ ਐਲਾਨ ਕਰ ਦਿੱਤਾ ਵੀ ਹੁਣ ਮੈਂ ਮੈਨੂੰ ਜ਼ਿੰਦਗੀ ਦਾ ਆਪਦਾ ਮਕਸਦ ਮਿਲ ਚੁੱਕਿਆ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਐਜੂਕੇਸ਼ਨ ਤੇ ਹੀ ਕੰਮ ਕਰਨਾ ਤਾਂ ਫੇਰ ਮੈਂ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਲੋਕਾਂ ਦੀ ਮਦਦ ਨਾਲ ਮੈਂ ਜਿਹੜੇ ਇੰਸਟੀਚੂਨ ਸਥਾਪਿਤ ਕਰਨੇ ਸ਼ੁਰੂ ਕੀਤੀਆਂ ਤੇ ਪਹਿਲੀ ਇੰਸਟੀਟਿਊਸ਼ਨ ਥੂਰੀ ਸ਼ਹਿਰ ਦੇ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਥੂਰੀ ਇਸ ਤਰ੍ਹਾਂ ਕਰਦੇ ਕਰਦੇ 2014 ਤੱਕ ਮੈਂ ਪੂਰੇ ਮਾਲਵੇ ਖੇਤਰ ਦੇ ਵਿੱਚ 21 ਸੰਸਥਾਵਾਂ ਖੜੀਆਂ ਕੀਤੀਆਂ ਐਜ਼ ਫਾਊਂਡਰ ਤੇ ਲੋਕ ਜੁੜਦੇ ਗਏ ਕਾਰਵਾ ਬਣਦਾ ਗਿਆ ਤੇ ਜਿਹੜਾ ਵਿਅਕਤੀ ਇੱਕ ਬੇਰੁਜ਼ਗਾਰ ਸੀਗਾ 1991 99 ਦੇ ਵਿੱਚ ਤੇ ਅੱਜ ਉਹ ਕਾਰਨ ਬਣਿਆ ਕਾਰਨ ਬਣਿਆ ਲਗਭਗ 2000 ਲੋਕਾਂ ਦੇ এমপ্লয়মেন্ট ਦਾ ਹੌਲੀ ਹੌਲੀ ਕਰਦੇ ਕਰਦੇ ਪੰਜਾਬ ਦੇ ਵਿੱਚ ਕਿਉਂਕਿ ਮੈਂ ਬੀਐਡ ਕਾਲਜ ਸੱਤ ਸੰਸਥਾਵਾਂ ਦਾ ਡਾਇਰੈਕਟਰ ਰਿਹਾ ਤੇ ਬੀਐਡ ਕਾਲਜ ਪੰਜਾਬ ਦੇ ਵਿੱਚ ਕੁੱਲ 177 ਕਾਲਜ ਇਕੱਠੇ ਹੋਏ ਅਸੀਂ ਇਕੱਠੇ ਹੋ ਕੇ ਅਸੀਂ ਫੈਸਲਾ ਕੀਤਾ ਵੀ ਕਿਉਂ ਨਾ ਅਸੀਂ ਹਾਈ ਕੋਰਟ ਚ ਇੱਕ ਕੋਰਟ ਕੇਸ ਕਰੀਏ ਵੀ ਜਿਹੜੇ ਸਾਡੀਆਂ ਸੈਲਫ ਫਾਈਨਾਂਸਿੰਗ ਇੰਸਟੀਟਿਊਸ਼ਨਸ ਨੇ ਇਹਨਾਂ ਦੀ ਕਾਉਂਸਲਿੰਗ ਸਾਡੇ ਆਪ ਦੇ ਹੱਥਾਂ ਚ ਹੋਣੀ ਚਾਹੀਦੀ ਆ ਤੇ ਜਦੋਂ ਅਸੀਂ ਕੋਰਟ ਕੇਸ ਕੀਤਾ ਉਸ ਤੋਂ ਪਹਿਲਾਂ ਜਿਹੜੀ ਇਹ ਕਾਉਂਸਲਿੰਗ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਕਰਦੀ ਹੁੰਦੀ ਸੀ ਤੇ ਕੋਰਟ ਨੇ ਇੱਕਦਮ ਫੈਸਲਾ ਦਿੱਤਾ ਵੀ ਤੁਸੀਂ ਆਪਦੀ ਐਡਮਿਸ਼ਨ ਆਪ ਕਰ ਸਕਦੇ ਹੋ ਤੇ ਉਹ ਐਡਮਿਸ਼ਨ ਜਿਹੜੀ ਹੈਗੀ ਹੈ ਪਰ ਸੈਂਟਰਲਾਈਜ਼ਡ ਹੋਣੀ ਚਾਹੀਦੀ ਹੈ ਤੇ ਕੇਸ ਜਿੱਤਣ ਤੋਂ ਬਾਅਦ ਸਾਰੇ ਕਾਲਜ ਇੱਕਦਮ ਸਿਰ ਫੜ ਕੇ ਬੈਠ ਗਏ ਵੀ ਇਹ ਸੈਂਟਰਲਾਈਜ਼ ਪੂਰੇ ਪੰਜਾਬ ਦੀ ਕਾਉਂਸਲਿੰਗ ਕੌਣ ਕਰੂਗਾ ਤੇ ਮੈਨੂੰ ਇਸ ਗੱਲ 'ਚੋਂ ਫੇਰ ਉਹੀ ਅਲਾਦੀਨ ਦਾ ਚਿਰਾਗ ਜਾਨੀ ਕਿ ਜਿੰਨ ਪ੍ਰਗਟ ਹੋਇਆ ਮੈਨੂੰ ਲੱਗਾ ਵੀ ਇੱਥੇ ਓਪਰਚੁਨਿਟੀ ਹੈ ਮੈਂ ਝਪਟ ਕੇ ਉਹ ਓਪਰਚੁਨਿਟੀ ਲਈ ਮੈਂ ਹੱਥ ਖੜਾ ਕੀਤਾ ਵੀ ਮੈਂ ਇਹ ਪੂਰੇ ਪੰਜਾਬ ਦੀ ਕਾਉਂਸਲਿੰਗ ਕਰਵਾਉਂਗਾ ਸੋ ਇਹ ਕਾਉਂਸਲਿੰਗ ਜਿਹੜੀ ਮਤਲਬ ਪਹਿਲੀ ਮੇਰੀ ਜ਼ਿੰਦਗੀ ਦਾ ਇੱਕ ਹੋਰ ਵੱਡਾ ਪੁਆਇੰਟ ਆਇਆ ਜਦੋਂ ਮੈਂ ਲਗਾਤਾਰ 2008 ਤੋਂ ਲੈ ਕੇ 2014 ਤੱਕ ਪੰਜਾਬ ਦੇ 177 ਬੀ ਐਡ ਕਾਲਜਾਂ ਦੀ ਸੈਂਟਰਲਾਈਜ਼ਡ ਪੰਜਾਬ ਚ ਕਾਉਂਸਲਿੰਗ ਕੀਤੀ ਇੱਕ ਵੀ ਕੋਰਟ ਕੇਸ ਨਹੀਂ ਹੋਇਆ ਇੱਕ ਵੀ ਮੈਰਿਟ ਬ੍ਰੇਕਿੰਗ ਨਹੀਂ ਹੋਈ ਸੋ ਇਸ ਤਰ੍ਹਾਂ ਇਸ ਅਪਰਚੂਨਿਟੀ ਨੇ ਮੇਰੀ ਜ਼ਿੰਦਗੀ ਦੇ ਵਿੱਚ ਨਵੀਂ ਤਬਦੀਲੀ ਲਿਆ ਦਿੱਤੀ ਜਿਵੇਂ ਜਿਵੇਂ ਤੁਸੀਂ ਕਿਸੇ ਰਾਹ ਤੇ ਤੁਰਦੇ ਹੋ ਤੁਹਾਨੂੰ ਜਿਹੜੇ ਰਸਤੇ ਖੁੱਲਦੇ ਜਾਂਦੇ ਨੇ ਇਸੇ ਤਰ੍ਹਾਂ ਦੀ ਮੇਰੇ ਨਾਲ ਇੱਕ ਹੋਰ ਬੜੀ ਇੰਟਰਸਟਿੰਗ ਘਟਨਾ ਵਾਪਰੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ 2012 ਦੇ ਵਿੱਚ ਮੈਂ ਜਾਂਦਾ ਐਸਸੀਈਆਰਟੀ ਆਫਿਸ ਮੁਹਾਲੀ ਉੱਥੇ ਮੈਂ ਇੱਕ ਕਲਰਕ ਨਾਲ ਗੱਲ ਕਰ ਰਿਹਾ ਮੇਰਾ ਕੋਈ ਨਿੱਜੀ ਕੰਮ ਸੀਗਾ ਤੇ ਉਹ ਕਹਿੰਦਾ ਜੀ ਮੈਨੂੰ ਡਿਸਟਰਬ ਨਾ ਕਰੋ ਮੈਂ ਕੋਈ ਬਹੁਤ ਜ਼ਰੂਰੀ ਕੰਮ ਕਰ ਰਿਹਾ ਮੈਂ ਕਿਹ ਕੀ ਜ਼ਰੂਰੀ ਕੰਮ ਕਹਿੰਦਾ ਇਹ ਟੀਚਰ एलिजिਬਿਲਟੀ ਟੈਸਟ ਆ ਮੈਂ ਪੰਜਾਬ ਯੂਨੀਵਰਸਿਟੀ ਨੂੰ ਚਿੱਠੀ ਲਿਖ ਰਿਹਾ ਵੀ ਉਹ ਟੈਸਟ ਲੈ ਲੈਣੇ ਬੜਾ ਵੱਡਾ ਟੈਸਟ ਆ ਤੇ ਬੜਾ ਡੇਂਜਰਸ ਟੈਸਟ ਐ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਹੈ ਇੱਕ ਵਾਰ ਸੀੜਕ ਮੁਹਾਲੀ ਨੇ ਲਿਆ ਸੀ ਦੂਜੀ ਵਾਰ ਕੋਈ ਲੈਣ ਨੂੰ ਤਿਆਰ ਨਹੀਂ ਹੈ ਮੈਂ ਕਿਹਾ ਯਾਰ ਮੈਂ ਇਹ ਟੈਸਟ ਲੈ ਸਕਦਾ ਫਿਰ ਮੇਰੇ ਅੱਗੇ ਓਪਰਚ्युनिटी ਆਈ ਤੇ ਮੈਂ ਆਪਣੇ ਆਪ ਨੂੰ ਪੇਸ਼ ਕਰਤਾ ਉਸ ਓਪਰਚ्युनिटी ਦੇ ਅੱਗੇ ਉਹ ਕਹਿੰਦਾ ਜੀ ਇਹ ਕੋਈ ਇਕੱਲਾ ਵਿਅਕਤੀ ਨਹੀਂ ਲੈ ਸਕਦਾ ਇਸ ਨੂੰ ਕੋਈ ਕੰਪਨੀ ਜਾਂ ਕੋਈ ਸਰਕਾਰੀ ਧਾਰਾ ਲੈ ਸਕਦਾ ਤੇ ਫਿਰ ਮੈਂ ਉਸ ਦੇ ਪਿੱਛੇ ਪਿਆ ਰਿਹਾ ਆਖਰਕਾਰ ਉਹ ਟੈਂਡਰ ਨਿਕਲਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਫਿਰ ਮੈਂ ਇੱਕ ਕੰਪਨੀ ਨਾਲ ਮਿਲ ਕੇ ਜਿਹੜਾ ਹੈਗਾ ਟੀਚਰ ਕੁਲਿਜੀਬਿਲਟੀ ਟੈਸਟ ਪਹਿਲੇ ਸਾਲ 343000 ਬੱਚਿਆਂ ਦਾ ਪੂਰੇ ਪੰਜਾਬ ਸਟੇਟ ਦੇ ਵਿੱਚ ਐਜ਼ ਸਟੇਟ ਕੋਆਰਡੀਨੇਟਰ ਕੰਡਕਟ ਕੀਤਾ ਤੇ ਕੋਈ ਇੱਕ ਵਿਅਕਤੀ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਦਾ ਐਡਾ ਵੱਡਾ ਟੈਸਟ ਜੋ ਕਿ ਹਾਈ ਪ੍ਰੋਫਾਈਲ ਟੈਸਟ ਆ ਜਿਹਦੇ ਆਧਾਰ ਤੇ ਸਰਕਾਰੀ ਨੌਕਰੀਆਂ ਮਿਲਣੀਆਂ ਨੇ ਉਹ ਕੰਡਕਟ ਕਰ ਰਿਹਾ ਕਿਉਂ ਕਿ ਉਸ ਨੂੰ ਇੱਕ ਅਪੋਰਚ्युनिटी ਨਜ਼ਰ ਆਈ ਸੀ ਤੇ ਉਸ ਨੇ ਉਹ ਅਪੋਰਚ्युनिटी ਝਪਟੀ ਤੇ ਉਹ ਪਰਮਾਤਮਾ ਨੇ ਉਸ ਅਪੋਰਚ्युनिटी ਨੂੰ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਤਾਂ ਫਿਰ ਚਾਰ ਵਾਰ ਪੰਜਾਬ ਸਟੇਟ ਦਾ ਟੀਚਰ ਐਲੀਜੀਬਿਲਟੀ ਟੈਸਟ ਜਿਹੜਾ ਹੈਗਾ ਐਜ਼ ਸਟੇਟ ਕੋਆਰਡੀਨੇਟਰ ਮੈਂ ਜਿਹੜਾ ਹੈਗਾ ਕੰਡਕਟ ਕੀਤਾ ਜਿਵੇਂ ਮੈਂ ਇਹ ਸਫਲਤਾ ਦੀਆਂ ਪੌੜੀਆਂ ਚੜਦਾ ਜਾ ਰਿਹਾ ਸੀ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਮੇਰੇ ਵੱਡੇ ਇਮਤਿਹਾਨ ਲੈਣਾ ਚਾਹੁੰਦਾ ਸੀ ਤਾਂ ਹੁੰਦਾ ਕੀ ਹੈ 28 ਮਾਰਚ 2000 28 ਫਰਵਰੀ 2015 ਨੂੰ ਮੈਂ ਆਪਣੇ ਘਰ ਦੇ ਵਿੱਚ ਬੈਠਾ ਮੇਰੀ ਮਾਤਾ ਜੀ ਨੂੰ ਅਚਨਚੇਤ ਹਾਰਟ ਅਟੈਕ ਹੁੰਦਾ ਅਸੀਂ ਪਰਿਵਾਰ ਲੈ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਜਦੇ ਹਾਂ ਤੇ ਹਸਪਤਾਲ ਤੋਂ ਸਾਨੂੰ ਫਟਾਫਟ ਕਿਹਾ ਜਾਂਦਾ ਵੀ ਰੈਫਰ ਕਰ ਦਿੱਤਾ ਡੀ ਐਮ ਸੀ ਲੁਧਿਆਣਾ ਅਸੀਂ ਸਾਰਾ ਪਰਿਵਾਰ ਮੇਰੇ ਬ੍ਰਦਰ ਜੋ ਉਸ ਟਾਈਮ ਡੀ ایਓ ਸੀਗੇ ਤੇ ਅਸੀਂ ਸਾਰਾ ਪਰਿਵਾਰ ਮੇਰੇ ਮਾਦਰਜ ਨੂੰ ਲੈ ਕੇ ਅਸੀਂ ਹਸਪੀਟਲ ਪਹੁੰਚਦੇ ਆਂ ਸ਼ਨੀਵਾਰ ਦਾ ਦਿਨ ਸੀ ਤੇ ਸੰਡੇ ਜਿਹੜਾ ਹੈਗਾ ਸੀ ਅਗਲੇ ਦਿਨ ਉਹਨਾਂ ਦਾ ਆਪਰੇਸ਼ਨ ਹੋਣਾ ਸੀ ਮੈਂ ਉੱਥੇ ਕਨਸੈਂਟ ਸਾਈਨ ਕਰ ਰਿਹਾ ਤੇ ਮੈਨੂੰ ਖਬਰ ਮਿਲਦੀ ਹੈ ਵੀ ਤੁਹਾਡਾ ਨਾਂ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਇਨਵੋਲਵ ਕਰ ਲਿਆ ਗਿਆ ਮੇਰੇ ਇੱਕਦਮ ਹਿੱਟ ਹੋਇਆ ਕਿਉਂਕਿ ਉਸ ਸਮੇਂ ਮੈਂ ਉਸ ਬਲੰਦੀ ਤੇ ਸੀ ਪਰਮਾਤਮਾ ਵੱਲੋਂ ਕਿ ਮੈਨੂੰ ਵੱਖ-ਵੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਧੂਰੀ ਜਿਮਨੀ ਚੋਂਣ ਲਈ ਅਪਰੋਚ ਕਰ ਰਹੀਆਂ ਸੀ ਤੇ ਮੈਂ ਆਪਣੇ ਆਪ ਨੂੰ ਐਲਾਨ ਵੀ ਕਰ ਦਿੱਤਾ ਸੀ ਵੀ ਮੈਂ ਇਹ ਇਲੈਕਸ਼ਨ ਲੜਨ ਦਾ ਚਾਹ ਬਣਾ। ਜਦੋਂ ਮੇਰੀ ਉਹ ਮੰਜ਼ਲ ਕਰੀਬ ਸੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਇੱਕਦਮ ਐਸੀ ਖਰਾਬਟ ਆਈ ਤੇ ਉਹ ਮੈਨੂੰ ਉਸ ਕੇਸ ਦੇ ਵਿੱਚ ਇਨਵੋਲਵ ਕਰ ਲਿਆ ਗਿਆ। ਹਾਲਾਂਕਿ ਮੈਂ ਉਸ ਸਮੇਂ ਆਪਣੇ ਮਾਤਾ ਜੀ ਦੇ ਨਾਲ ਡੀ ਐਮ ਸੀ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਵਾ ਰਿਹਾ ਸੀ। ਸੋ ਮੇਰੀ ਜ਼ਿੰਦਗੀ ਦੇ ਵਿੱਚ ਕਾਲੇ ਬੱਦਲ ਛਾਏ। 7 ਮਹੀਨੇ ਅਸੀਂ ਸਾਰਾ ਪਰਿਵਾਰ ਖੇਰੋਂ-ਖੇਰੋਂ ਹੋਇਆ। ਉਹ ਦਸ਼ਾ ਹੋਈ ਜਦੋਂ ਪ੍ਰਮਾਤਮਾ ਨੇ ਕਿਹਾ ਵੀ ਮਨੁੱਖ ਤੋਂ ਕੀ ਆਪਦੇ ਆਪ ਨੂੰ ਸਮਝਦਾ ਸਾਡਾ ਰਸੂਖ ਕਮਣਾ ਆਇਆ ਸਾਡਾ ਪੈਸਾ ਕਮਣਾ ਆਇਆ ਸਾਡੇ ਕਮਾਏ ਹੋਏ ਲੋਕ ਕਮਣਾ ਆਏ ਇੱਥੇ ਮੈਂ ਇੱਕ ਸੁਨੇਹਾ ਵੀ ਦੇਣਾ ਚਾਹੂੰਗਾ ਜਦੋਂ ਅਸੀਂ ਕਹਿੰਦੇ ਵੀ ਸਾਡੇ ਨਾਲ ਇਨੀ ਦੁਨੀਆ ਹੈ ਇਹ ਵਕਤ ਪੈ ਤੋ ਪਤਾ ਲੱਗਦਾ ਤੁਹਾਡੇ ਨਾਲ ਕੌਣ ਹੈ ਸੋ ਮੇਰੇ ਤੇ ਉਹ ਵਕਤ ਆਇਆ ਜਦੋਂ ਮੇਰੇ ਪੜਾਏ ਹੋਏ ਮੇਰੇ ਲਿਖਾਏ ਹੋਏ ਮੇਰੇ ਸਟੈਂਡ ਕੀਤੇ ਹੋਏ ਲੋਕ ਜਿਹੜੇ ਨੇ ਉਹ ਅਸਮਰਥ ਹੋ ਗਏ ਮੇਰੇ ਨਾਲ ਖੜਨ ਤੋਂ ਸਿਰਫ 5 ਇੱਕ ਲੋਕ ਜੋ ਸਾਡੇ ਨਾਲ ਆਪਾਂ ਕਹਿ ਸਕਦੇ ਆ ਅਨ ਕੰਡੀਸ਼ਨਲ ਜੁੜੇ ਹੋਏ ਸੀ ਸਾਨੂੰ ਮੈਨੂੰ ਪ੍ਰੇਮ ਕਰਦੇ ਸੀ ਉਹ ਖੜੇ ਤੇ ਆਦਰਵਾਇਜ਼ ਮੈਂ ਕੱਲਾ ਰਹਿ ਗਿਆ ਸੋ ਸਾਰੀ ਜ਼ਿੰਦਗੀ ਦੀ ਕਮਾਈ ਕੀਤੀ ਹੋਈ ਨੇਕ ਕਮਾਈ ਕੀਤੀ ਹੋਈ ਸ਼ੌਹਰਤ ਕਮਾਈ ਕੀਤੀ ਹੋਈ ਤੇ ਜਿਹੜੇ ਰੁਤਵੇ ਹਾਸਲ ਕੀਤੇ ਹੋਏ ਤੇ ਸੰਸਥਾਵਾਂ ਉਹ ਇੱਕਦਮ ਜਿਹੜਾ ਹੈਗਾ ਐਨੇ ਸਾਲਾਂ ਦੀ ਕਮਾਈ ਖਤਮ ਹੋ ਗਈ ਲੇਕਿਨ ਵੀਂਗ ਸਿੱਖ ਸਿੱਖ ਫਿਲਾਸਫੀ 'ਚ ਵਿਸ਼ਵਾਸ ਰੱਖਣ ਦੇ ਨਾਤੇ ਇੱਕ ਐਨਾਕ ਬਲ ਸੀ ਐਨਾਕ ਤਾਕਤ ਸੀ ਮੇਰੇ ਮਦਰ ਫਾਦਰ ਵੱਲੋਂ ਮੈਨੂੰ ਇੰਨੀ ਇੱਕ ਭਰੋਸਾ ਸੀ ਉਹਨਾਂ ਦਾ ਕਿ ਮੈਂ ਫੇਰ ਉੱਠਿਆ ਆਪਣੇ ਆਪ ਨੂੰ ਸੰਭਾਲ ਲਿਆ ਤੇ ਹੋਰ ਸੰਸਥਾਵਾਂ ਜਿਹੜੀਆਂ ਵਰਲਡ ਵਾਈਡ ਜਿਹੜੀਆਂ ਇੰਟਰਨੈਸ਼ਨਲ ਐਜੂਕੇਸ਼ਨ ਦਾ ਨਿਰਮਾਣ ਸ਼ੁਰੂ ਕੀਤਾ ਕਿਉਂਕਿ ਮੈਂ ਜਿਹੜਾ ਇਸ ਕਲ 'ਚ ਵਿਸ਼ਵਾਸ ਰੱਖਦਾ ਭਾਈ ਵੀਰ ਸਿੰਘ ਦੀ ਕਵਤਾ ਵਾਂਗੂ ਵੀ ਜਿਹਨੇ ਸਿਨੇ ਜ ਖਿੱਚ ਜਨਾਂ ਨੇ ਖਾਦੀ ਦੇਣੇ ਰਾਤ ਪਏ ਵਹਿੰਦੇ ਤੇ ਮੈਂ ਵਹਿੰਦਾ ਤੁਰਿਆ ਗਿਆ ਤੇ ਚੱਲਦਾ ਰਿਹਾ ਤੇ ਇਸ ਤਰ੍ਹਾਂ ਜਿਹੜੀ ਹੈਗੀ ਆ ਦੁਬਾਰਾ ਇੱਕ ਮੁਕਾਮ ਉੱਠਣ ਦਾ ਆਇਆ ਤੇ ਮੈਂ ਹੌਲੀ 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 ਆਪ ਦਾ ਉਹੀ ਮੁਕਾਮ ਦੁਬਾਰਾ ਹਾਸਲ ਕਰਨਾ ਸ਼ੁਰੂ ਕੀਤਾ ਫਿਰ ਪੰਜਾਬ ਸਰਕਾਰ ਵੱਲੋਂ ਅਪਰੋਚ ਹੋਈ ਫਿਰ ਤੋਂ ਮੈਂ ਟੀਚਰ ਐਲੀਜੀਬਿਲਟੀ ਟੈਸਟ ਕੰਡਕਟ ਕੀਤਾ ਇੱਕ ਵਾਰ ਤੇ ਫਿਰ ਉਸੇ ਤਰ੍ਹਾਂ ਸਫਲਤਾ ਦੇ ਨਾਲ ਉਸ ਨੂੰ ਕੰਡਕਟ ਕੀਤਾ ਜਦੋਂ ਇਹ ਦੌਰ ਚੱਲਦਾ ਸੀ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰੇ ਜ਼ਿੰਦਗੀ 'ਚ ਕਿਹੜੇ-ਕਿਹੜੇ ਫੇਜ਼ ਆਏ ਇੱਕ ਉਹ ਫੇਜ਼ ਸੀ ਜਦੋਂ ਮੈਂ ਸਾਈਕਲ ਦੇ ਉੱਤੇ ਪੋਸਟਰ ਲਾਉਣ ਜਾਂਦਾ ਸੀ ਤੇ ਉਸ ਤੋਂ ਬਾਅਦ ਥੋੜੇ ਜੇ ਪੈਸੇ ਇਕੱਠੇ ਕੀਤੇ ਤੇ ਮੈਂ ਜਿਹੜੀ ਇੱਕ ਮੋਪੇਡ ਹੀਰੋ ਮੈਜਿਸਟਿਕ 3500 ਰੁਪਏ ਦੀ ਮੈਂ ਪੁਰਾਣੀ ਸੈਕੰਡ ਹੈਂਡ ਖਰੀਦੀ ਜਦੋਂ ਮੈਂ ਬਾਜ਼ਾਰਾਂ ਵਿੱਚੋਂ ਲੰਘਦਾ ਤੇ ਮੇਰੇ ਦੋਸਤ ਮੇਰੇ ਤੇ ਹੱਸਦੇ ਆ ਦੇਖੋ ਜਹਾਜ਼ ਤੇ ਚੱਲਿਆ ਉਹ ਬੋਲ ਉਸ ਸਮੇਂ ਦੇ ਬੋਲੇ ਹੋ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਨੇ ਤੇ ਫਿਰ ਹੌਲੀ-ਹੌਲੀ ਜਿਹੜਾ ਇਸ ਤੋਂ ਉੱਠਿਆ ਜਦੋਂ ਮੈਂ ਪੋਸਟਰ ਲਾਉਂਦਾ ਕਈ ਵਾਰ ਮੈਂ ਕਿਸੇ ਦੁਕਾਨ ਦੇ ਅੱਗੇ ਪੋਸਟਰ ਲਾ ਦੇਣਾ ਉਹਨੇ ਰਾਤ ਨੂੰ ਖੁਰਚ ਦੇਣਾ ਮੈਨੂੰ ਕੋਈ ਪੋਸਟਰ ਲਾਉਣ ਦੀ ਵੀ ਇਜਾਜ਼ਤ ਨਹੀਂ ਸੀ ਤਾਂ ਉਹ ਲੋਕ ਜਿਹੜੇ ਮੇਰੇ ਇਸ ਸੰਘਰਸ਼ ਦੇ ਜਿਹਨਾਂ ਨੇ ਮੇਰਾ ਵਿਰੋਧ ਕੀਤਾ ਤੇ ਜਦੋਂ ਮੈਂ ਕੋਈ ਮਕਾਮ ਹਾਸਲ ਕੀਤਾ ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਇਹ ਸਾਡੇ ਨਾਲ ਪੜਦਾ ਹੁੰਦਾ ਸੀ ਇਹ ਸਾਡਾ ਜਿਹੜਾ ਕਲਾਸਮੇਟ ਸੀ ਜਿਹੜੇ ਮੇਰੇ ਨਾਲ ਵੀ ਨਹੀਂ ਪੜਦੇ ਸੀ ਉਹ ਕਲੇਮ ਕਰਨ ਲੱਗ ਗਏ ਵੀ ਇਹ ਸਾਡਾ ਬੰਦਾ ਹੈ ਜਦੋਂ ਮੇਰੇ ਤੇ ਮਾੜਾ ਦੌਰ ਆਇਆ ਉਦੋਂ ਕਹਿਣ ਲੱਗੇ ਇਸ ਤੈਨੂੰ ਜਾਣਦੀ ਨਹੀਂ ਸਾਰੇ ਸਾਥ ਛੱਡ ਗਏ ਤੇ ਫੇਰ ਉੱਠਿਆ ਤੇ ਅੱਜ ਫੇਰ ਉਹੀ ਦੌਰ ਮੁੜ ਕੇ ਆਇਆ ਜਦੋਂ ਫੇਰ ਉਹੀ ਲੋਕ ਕਹਿੰਦੇ ਨੇ ਇਹ ਸਾਡਾ ਦੋਸਤ ਹੈ ਸੋ ਇਸ ਲਈ ਮੇਰਾ ਮੰਨਣਾ ਇਹ ਹੈ ਵੀ ਅਸੀਂ ਲੋਕਾਂ ਦੇ ਕਮੈਂਟਸ ਤੇ ਲੋਕਾਂ ਦੀਆਂ ਗੱਲਾਂ ਨਾਲ ਵੱਡੇ ਨਹੀਂ ਹੁੰਦੇ ਅਸੀਂ ਆਪਣੇ ਆਪ 'ਚ ਵੱਡੇ ਹੁੰਨੇ ਆ ਇਸ ਲਈ ਪਰਮਾਤਮਾ ਤੁਹਾਡੇ ਨਾਲ ਹੋਣਾ ਚਾਹੀਦਾ ਇਨਸਾਨ ਤਾਂ ਨਾਲ ਜੁੜਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਇਸ ਲਈ ਉਹਨਾਂ ਨੂੰ ਹਾਲਾਤਾਂ ਦਾ 파ਰਟ ਨਹੀਂ ਮੰਨਣਾ ਚਾਹੀਦਾ ਇਹ ਮੇਰਾ ਕਹਿਣਾ ਹੈ ਤੇ ਕਿਵੇਂ ਪ੍ਰਸਥਿਤੀਆਂ ਤੁਹਾਡੇ ਵਿਪਰੀਤ ਅਨਕੂਲ ਹੋ ਜਾਂਦੀਆਂ ਨੇ ਹੁਣ ਉਸ ਦਾ ਜਾਦੂ ਮੇਰੇ ਅੱਗੇ ਆਉਣ ਵਾਲੀ ਸਟੋਰੀ ਦੇ ਵਿੱਚ ਹੈ ਤੇ ਹੌਲੀ ਹੌਲੀ ਮੈਂ ਜਿਹੜਾ ਦੁਆਰੇ ਮੁਕਾਮ ਹਾਸਲ ਕਰਨਾ ਸ਼ੁਰੂ ਕੀਤਾ ਪਹਿਲਾਂ ਮੈਂ ਸਿਰਫ ਪੰਜਾਬ ਦੇ ਵਿੱਚ ਬੀਐਡ ਕਾਲਜਾਂ ਤੇ ਈਟੀਟੀ ਕਾਲਜਾਂ ਦਾ ਪ੍ਰੈਜ਼ੀਡੈਂਟ ਸੀ ਤੇ ਹੌਲੀ ਹੌਲੀ ਮੇਰੀ ਪ੍ਰਤਿਭਾ ਨੂੰ ਦੇਖ ਕੇ ਮੇਰੇ ਸਾਥੀਆਂ ਨੇ ਬਾਕੀ ਆਰਗੇਨਾਈਜੇਸ਼ਨਸ ਨੇ ਅਸੀਂ ਪੰਜਾਬ ਦੇ ਵਿੱਚ ਕੋ ਜੁਆਇੰਟ ਐਸੋਸੀਏਸ਼ਨ ਆਫ ਕਾਲਜ ਬਣਾਈ ਜੋ ਕਿ ਪੰਜਾਬ ਦੇ 1650 ਕਾਲਜ ਅਤੇ ਯੂਨੀਵਰਸਿਟੀਆਂ ਦੀ ਸਾਂਝੀ ਐਸੋਸੀਏਸ਼ਨ ਆ ਤੇ ਫਿਰ ਮੈਨੂੰ ਉਹਨਾਂ ਨੇ ਉਸ ਦਾ ਪ੍ਰਧਾਨ ਜਿਹੜਾ ਹੈਗਾ ਥਾਪ ਦਿੱਤਾ ਇਸ ਟਾਈਮ ਮੈਂ ਪੰਜਾਬ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰ ਰਿਹਾ ਹਾਂ ਜਿਉਂ ਹੀ ਅੱਗੇ ਚੱਲੇ ਤੇ ਇੱਕ ਦੌਰ ਫਿਰ ਸਾਰਿਆਂ ਲਈ ਕਾਲਾ ਆਇਆ ਉਹ ਹੈ ਲਾਕਡਾਊਨ ਤੇ ਕਰੋਨਾ ਨਾਮ ਦੀ ਬਿਮਾਰੀ ਆਈ ਕਰੋਨਾ ਬਹੁਤ ਭਿਆਨਕ ਬਿਮਾਰੀ ਹੈ ਪਰੰਤੂ ਮੇਰੇ ਥੋੜੇ ਜੇ ਇਸ ਦੇ ਪ੍ਰਤੀ ਜਿਹੜਾ ਲਾਕਡਾਊਨ ਆ ਉਹਨੂੰ ਮੈਂ ਵੈਲਕਮ ਕੀਤਾ ਤੋਂ ਇੱਕ ਸਾਰੀਆਂ ਸੰਸਥਾਵਾਂ ਸਕੂਲ ਕਾਲਜ ਬੰਦ ਹੋ ਗਏ ਤੇ ਬੱਚੇ ਘਰਾਂ ਦੇ ਵਿੱਚ ਨੇ ਸਕੂਲ ਖੁੱਲ ਨਹੀਂ ਰਹੇ ਠੇਕੇ ਖੁੱਲ ਰਹੇ ਨੇ ਹੋਰ ਬਹੁਤ ਰੈਲੀਆਂ ਹੋ ਰਹੀਆਂ ਨੇ ਫਿਰ ਮੈਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਮੈਂ ਪੰਜਾਬ ਦੇ 6500 ਸਕੂਲਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਦੀ ਆਰਗੇਨਾਈਜੇਸ਼ਨ ਖੜੀ ਕੀਤੀ ਵਿਦਿਆਰਥੀਆਂ ਦੇ ਹੱਕਾਂ ਵਾਸਤੇ ਪੇਰੈਂਟਸ ਦੇ ਹੱਕਾਂ ਵਾਸਤੇ ਸਕੂਲਾਂ ਦੇ ਹੱਕਾਂ ਵਾਸਤੇ ਲੜਨਾ ਸ਼ੁਰੂ ਕੀਤਾ ਤੇ ਹਰ ਰੋਜ਼ 3-4 ਟੀਵੀ ਚੈਨਲਸ ਦੇ ਉੱਤੇ ਮੇਰੀਆਂ ਡਿਬੇਟਸ ਮੇਰਾ ਦਿਨਚਰਿਆ ਬਣ ਗਿਆ ਲਗਭਗ 182 ਮੇਰੇ ਟੀਵੀ ਡਿਬੇਟਸ ਹੋਈਆਂ 22 ਸਾਨੂੰ ਕੋਰਟ ਕੇਸ ਲੜਨੇ ਪਏ ਉਸ ਲੋਕਡਾਊਨ ਨੂੰ ਖੁਲਵਾਉਣ ਵਾਸਤੇ ਤੇ ਇਸ ਦੇ ਦੌਰਾਨ ਮੇਰੇ ਨਾਲ ਪੰਜਾਬ ਦੇ ਸਾਰੇ ਸਕੂਲ ਜੁੜ ਗਏ ਅਤੇ ਉਹਨਾਂ ਨੇ ਮੰਨੇ ਆਂ ਵੀ ਅਸੀਂ ਸਾਰਿਆਂ ਨੇ ਰਲ ਕੇ ਕੈਸਾ ਕੰਮ ਕਰ ਲਿਆ ਜਿਦੇ ਨਾਲ ਭਵਿੱਖ ਦੇ ਵਿੱਚ ਵੀ ਫਾਇਦਾ ਹੋਊਗਾ ਫਿਰ ਮੈਂ ਐਥਿਕਸ ਦੀ ਗੱਲ ਸ਼ੁਰੂ ਕੀਤੀ ਨੈਤਿਕਤਾ ਦੀ ਗੱਲ ਸ਼ੁਰੂ ਕੀਤੀ ਵੀ ਜਿੱਥੇ ਸਾਡੇ ਪ੍ਰਾਈਵੇਟ ਸੈਲਫ ਫਾਈਨਾਂਸ ਸੰਸਥਾਵਾਂ ਦੇ ਆਪਦੇ ਇੰਟਰਸਟ ਨੇ ਸਾਡੇ ਕੋਲ ਇੱਕ 42-45 ਲੱਖ ਜੋ ਵਿਦਿਆਰਥੀ ਪੰਜਾਬ ਦੇ ਵਿੱਚ ਪ੍ਰਾਈਵੇਟ ਸੰਸਥਾਵਾ ਵਿੱਚ ਪੜ੍ਹਦੇ ਨੇ ਉਹਦਾ ਜਿੰਮਾ ਵੀ ਸਾਡੇ ਤੇ ਆ ਤੇ ਫਿਰ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਨੂੰ ਇੱਕ ਖਾਸ ਰੋਡ ਮੈਪ ਉੱਪਰ ਲਿਜਾਣ ਦੀ ਜਿਦੇ ਨਾਲ ਅਸੀਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਦੋਨੇ ਬਦਲ ਸਕਦੇ ਹਾਂ ਸੋ ਹੌਲੀ-ਹੌਲੀ ਸਕੂਲਸ ਨੂੰ ਆਰਗੇਨਾਈਜੇਸ਼ਨਸ ਨੂੰ ਪ੍ਰਿੰਸੀਪਲ ਨੂੰ ਇਹ ਗੱਲ ਆਉਣੀ ਸ਼ੁਰੂ ਹੋਈ ਤੇ ਮੇਰੇ ਮਨ ਦੇ ਵਿੱਚ ਇੱਕ ਬਲਬਲਾ ਉੱਠਿਆ ਵੀ ਸਰਕਾਰੀ ਅਧਿਆਪਕਾਂ ਨੂੰ ਐਡੇ ਵੱਡੇ ਸਨਮਾਨ ਦਿੱਤੇ ਜਾਂਦੇ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਨੇ ਰਾਸ਼ਟਰਪਤੀ ਅਵਾਰਡ ਦਿੱਤੇ ਜਾਂਦੇ ਨੇ ਵੀ ਜਿਹੜੇ ਪ੍ਰਾਈਵੇਟ ਸੰਸਥਾਵਾਂ ਵਿੱਚ ਅਧਿਆਪਕ ਪੜਾਉਂਦੇ ਨੇ ਪ੍ਰਿੰਸੀਪਲ ਪੜਾਉਂਦੇ ਨੇ ਉਹਨਾਂ ਦਾ ਕੋਈ ਸਨਮਾਨ ਨਹੀਂ ਫਿਰ ਅਸੀਂ ਇੱਕ ਇਹੋ ਜਿਹਾ ਅਵਾਰਡ ਫੰਕਸ਼ਨ ਸਟਾਰਟ ਕੀਤੇ ਫੈਪ ਅਵਾਰਡ ਦੇ ਨਾਂ ਤੇ ਜਿਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਹੋਣ ਹਾਰ ਅਧਿਆਪਕਾਂ ਨੂੰ ਸਕੂਲਾਂ ਨੂੰ ਕਾਲਜਾਂ ਨੂੰ ਪ੍ਰਿੰਸੀਪਲਜ਼ ਨੂੰ ਸਨਮਾਨਿਤ ਕਰਨਾ ਸ਼ੁਰੂ ਕੀਤਾ ਤੇ ਅੱਜ ਉਹ ਅਵਾਰਡ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ ਨਾਂ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਫੈਪ ਅਵਾਰਡ ਦੇ ਨਾਮ ਨਾਲ ਜਾਣੇ ਜਾਂਦੇ ਨੇ ਤੇ ਹੌਲੀ-ਹੌਲੀ ਇਸੇ ਸਿਲਸਿਲੇ ਦੇ ਵਿੱਚੋਂ ਆਪਣਾ ਪੰਜਾਬ ਫਾਊਂਡੇਸ਼ਨ ਬਣਾਈ ਤੇ ਉਸ ਫਾਊਂਡੇਸ਼ਨ ਦੇ ਤਹਿਤ ਅੱਜ ਮੈਂ ਕੰਮ ਕਰ ਰਿਹਾ ਹਾਂ ਤੇ ਨਾਲ ਹੀ ਵਰਲਡ ਕੈਂసర్ ਕੇਅਰ ਸੁਸਾਇਟੀ ਪੰਜਾਬ ਦੀ ਜਿਹੜੀ ਵਰਲਡ ਦੀ ਇੱਕ ਸੁਸਾਇਟੀ ਹੈ ਉਸ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਉਹਨਾਂ ਨਾਲ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਕਿ ਮੈਂ ਪੰਜਾਬ ਦੇ ਵਿੱਚ ਕੈਂਸਰ ਕੈਂਪ ਲਗਾਵਾ। ਇਸ ਟਾਈਮ ਮੈਂ ਪੰਜਾਬ ਦੇ ਵਿੱਚ ਥਾਂ-ਥਾਂ ਦੇ ਉੱਤੇ ਅਸੀਂ ਫ੍ਰੀ ਕੈਂਸਰ ਕੈਂਪ ਲਗਾਵਾ ਰਹੇ ਹਾਂ ਜਿਦੇ ਵਿੱਚ ਡੀ ਐਮ ਸੀ ਦੀ ਟੀਮ, ਅਮਰੀਕਨ ਓਨਕੋਲੋਜੀ ਦੀ ਟੀਮ ਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਮਿਲ ਕੇ ਅਸੀਂ ਜਾਗਰਤੀ ਪੈਦਾ ਕਰ ਰਹੇ ਹਾਂ ਔਰ ਜਿੰਨੀਆਂ ਜਾਨਾਂ ਬਚਾ ਸਕਦੇ ਹਾਂ ਉਸ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੋਂ ਇਹ ਸੇ ਲੋਕਡਾਊਨ ਦੇ ਦੌਰਾਨ ਚੱਲਦੇ ਦੇ ਦੌਰਾਨ ਮੇਰੀ ਜਿਹੜੀ ਮੈਂ ਕਲਮ ਦੀ ਗੱਲ ਕੀਤੀ ਸੀ ਇੱਕ ਵਿਲੱਖਣ ਕੰਮ ਪਰਮਾਤਮਾ ਨੇ ਮੇਰੇ ਕੋਲੋਂ ਕਰਵਾਇਆ ਉਹ ਸੀ ਪੰਜਾਬੀ ਦੀਆਂ ਪਾਠ ਪੁਸਤਕਾਂ ਦੇ ਉੱਤੇ ਲਿਖਣਾ ਮੈਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਵੀ ਜਿਹੜੇ NCERT ਦੀਆਂ ਬੁੱਕਸ ਨੇ ਸਾਡੇ ਦੇਸ਼ ਦੇ ਵਿੱਚ ਉਹਦੇ ਵਿੱਚ ਪੰਜਾਬ ਦਾ ਸਾਡਾ ਜਿੱਡਾ ਵੱਡਾ ਯੋਗਦਾਨ ਆ ਉਸ ਅਨੁਪਾਤ ਦੇ ਵਿੱਚ ਸਾਨੂੰ ਉੱਥੇ ਦਰਸਾਇਆ ਨਹੀਂ ਗਿਆ ਤਾਂ ਫਿਰ ਮੈਂ ਉਹਦੀ ਪੂਰਤੀ ਇਸ ਜਿਹੜੀ ਮੋਹ ਦੀਆਂ ਤੰਦਾਂ ਨਾਂ ਦੀਆਂ ਪਾਠ ਪੁਸਤਕਾਂ ਲਿਖ ਕੇ ਕੀਤੀ ਤੇ ਉਹ ਪੁਸਤਕਾਂ ਮੇਰੀਆਂ ਪਿਛਲੇ ਸਾਲ ਪੂਰੇ ਵਿਸ਼ਵ ਦੇ ਵਿੱਚ ਪਪੂਲਰ ਰਹੀਆਂ ਟੀਵੀ ਚੈਨਲਾਂ ਦਾ ਹਿੱਸਾ ਬਣੀਆਂ ਕਿਸਾਨ ਅੰਦੋਲਨ ਚੈਪਟਰ ਉਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਪੂਲਰ ਹੋਇਆ ਤੇ ਅੱਜ ਪੰਜਾਬ ਦੇ ਬੱਚੇ ਨੇ ਜਿਹੜੇ ਉਸ ਦੀ ਸੈਕੰਡ ਸੀਰੀ ਜਿਹੜੀ ਮੈਂ ਲਿਖੀ ਗੁਣਤਾਸ ਉਹਦੀਆਂ ਪਾਠ ਪੁਸਤਕਾਂ ਪੜ੍ਹ ਰਹੇ ਨੇ ਤੇ ਬੱਚਿਆਂ ਨੂੰ ਹਰ ਇੱਕ ਨੈਤਿਕ ਸਿੱਖਿਆ ਐਥਿਕਸ ਪੰਜਾਬ ਦੇ ਯੋਧਿਆਂ ਦੀਆਂ ਗੱਲਾਂ ਪੰਜਾਬ ਦੇ ਗੁਰੂਆਂ ਪੀਰਾਂ ਪੰਗੰਬਰਾਂ ਦੀਆਂ ਗੱਲਾਂ ਉਸ ਕਿਤਾਬਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਸੋ ਜਿੱਥੇ ਪ੍ਰਮਾਤਮਾ ਨੇ ਮੈਨੂੰ ਐਨੇ ਜ਼ਿੰਦਗੀ ਚ ਉਤਾਰ ਚੜਾ ਦਿੱਤੇ ਕਿਸੇ ਬੁਲੰਦੀਆਂ ਤੇ ਪਹੁੰਚਾਇਆ ਫੇਰ ਫਰਸ਼ ਤੇ ਡਿੱਗੇ ਤੇ ਫੇਰ ਉੱਠੇ ਤੇ ਅੱਜ ਮੌਕਾ ਦਿੱਤਾ ਪ੍ਰਮਾਤਮਾ ਨੇ ਵੀ ਪੂਰੇ ਪੰਜਾਬ ਦੀ ਮੈਂ ਸਕੂਲ এডਿਕੇਸ਼ਨ ਕਾਲਜ এডਿਕੇਸ਼ਨ ਦੀ ਨੁਮਾਇੰਦਗੀ ਕਰ ਰਿਹਾ ਹਾਂ ਔਰ ਅਸੀਂ ਇੱਕ ਖਾਸ ਰੋਡ ਮੈਪ ਦੇ ਉੱਤੇ ਪੰਜਾਬ ਦੇ ਲਈ ਕੰਮ ਕਰ ਰਹੇ ਹਾਂ ਉਸ ਦੇ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਤਹਿਤ ਅਸੀਂ এনवायरमेंट ਦੇ ਉੱਤੇ ਪਿਛਲੇ ਸਾਲ ਅਸੀਂ ਸਕੂਲੀ ਬੱਚਿਆਂ ਨੂੰ ਵਿੱਚ ਇਨਵੋਲਵ ਕਰਕੇ ਇੱਕ ਦਿਨ ਦੇ ਵਿੱਚ 568000 ਪੌਦੇ ਲਾ ਕੇ ਵਿਸ਼ਵ ਰਿਕਾਰਡ ਬਣਾਇਆ ਉਸ ਤੇ ਲਈ ਮੈਂ ਸਾਰੇ ਪੰਜਾਬ ਦੇ ਬੱਚਿਆਂ ਦਾ ਉਹਨਾਂ ਦੇ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਹੁਣ ਅਸੀਂ ਇਹ ਜਿਹੜਾ ਇੱਕ ਚਲਨ ਹੀ ਬਣਾ ਲਿਆ ਵੀ ਹਰ ਇੱਕ ਵਿਦਿਆਰਥੀ ਜਿਸ ਦਾ ਬਰਥਡੇ ਹੁੰਦਾ ਉਸ ਦਿਨ ਉਹ ਪੰਜਾਬ ਦਾ ਇੱਕ ਬੱਚਾ ਪੌਦਾ ਲਾਊਗਾ ਹਰ ਇੱਕ ਬੱਚਾ ਪੌਦਾ ਲਾਊਗਾ ਇਸ ਤਰ੍ਹਾਂ ਅਸੀਂ ਸਾਲ ਦੇ ਵਿੱਚ 35 ਲੱਖ 45 ਲੱਖ ਜਿਹੜੇ ਨੇ ਉਹ ਪਲਾਂਟਸ ਲਾ ਸਕਦੇ ਹਾਂ ਤੇ ਇਸ ਦੇ ਨਾਲ এনਵਾਇਰਨਮੈਂਟ ਦੇ ਉੱਤੇ ਸਿਹਤ ਦੇ ਉੱਤੇ ਅਤੇ ਸਿੱਖਿਆ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਆਪਣਾ ਪੰਜਾਬ ਫਾਊਂਡੇਸ਼ਨ ਜੀ ਦਾ ਮੈਂ ਫਾਊਂਡਰ ਹਾਂ ਹਰ ਸਾਲ ਅਸੀਂ 15 ਬੱਚੇ AIAS ਅਤੇ 15 ਬੱਚੇ ਨੇ ਜਿਹੜੇ ਮਿਲਟਰੀ ਸਰਵਿਸਸਾਂ ਵਾਸਤੇ ਆਪਣੇ ਖਰਚੇ ਦੇ ਉੱਤੇ ਉਹਨਾਂ ਨੂੰ ਅਸੀਂ ਤਿਆਰ ਕਰਾਂਗੇ ਤਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਮੁੜ ਤੋਂ ਇਹਨਾਂ ਜਿਹੜੀਆਂ ਪੋਸਟਾਂ ਦੇ ਉੱਤੇ ਨਜ਼ਰ ਆਉਣ ਸੋ ਇਹ ਸੀ ਇੱਕ ਪਰਿਵਾਰ ਦੀ ਕਹਾਣੀ ਇੱਕ ਪਿਤਾ ਦੀ ਕਹਾਣੀ ਜੀਨੇ ਆਪਦੇ ਬੱਚਿਆਂ ਨੂੰ ਸਫਲ ਦੇਖਣਾ ਚਾਹਿਆ ਤੇ ਉਸ ਸਫਲਤਾ ਦੇ ਦੌਰ ਦੇ ਵਿੱਚ ਮੈਂ ਆਇਆ ਤੇ ਮੈਂ ਆਪਦੀ ਜ਼ਿੰਦਗੀ ਦੇ ਸਾਰੇ ਉਤਾਰ ਚੜ੍ਹਾ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਆਖਰ ਦੇ ਵਿੱਚ ਜਿਹੜਾ ਮੇਰਾ ਤੁਹਾਡੇ ਲਈ ਸੁਨੇਹਾ ਹੈ ਕਿ ਹਰ ਇੱਕ ਵਿਅਕਤੀ ਦੁਨੀਆ ਦਾ ਸਭ ਤੋਂ ਸੋਹਣਾ ਵਿਅਕਤੀ ਆ ਮੈਂ ਆਪਦੇ ਆਪ ਨੂੰ ਬਹੁਤ ਸੋਹਣਾ ਮੰਨਦਾ ਤੇ ਇਹ ਤੁਹਾਡੇ ਲਈ ਵੀ ਗੱਲ ਹੈ ਤੁਸੀਂ ਵੀ ਦੁਨੀਆ ਦੇ ਸਾਰੇ ਨਾਲ ਸੋਹਣੇ ਵਿਅਕਤੀ ਹੋ ਤੁਹਾਡੇ ਵਰਗਾ ਹੋਰ ਕੋਈ ਪ੍ਰਮਾਤਮਾ ਨੇ ਇਸ ਧਰਤੀ ਤੇ ਨਹੀਂ ਬਣਾਇਆ ਜੋ ਹੁਨਰ ਤੁਹਾਡੇ ਵਿੱਚ ਨੇ ਉਹ ਮੇਰੇ ਵਿੱਚ ਨਹੀਂ ਜੋ ਮੇਰੇ ਵਿੱਚ ਨੇ ਤੁਹਾਡੇ ਵਿੱਚ ਨਹੀਂ ਸੋ ਇਹ ਸਾਰੀ ਸਫਲਤਾ ਅਸਫਲਤਾ ਦੀ ਕਹਾਣੀ ਦੇ ਵਿੱਚੋਂ ਜਿਹੜੀ ਗੱਲ ਅੱਗੇ ਨਜ਼ਰ ਆਉਂਦੀ ਹੈ ਉਹ ਇਹੀ ਹੈ ਵੀ ਹਰ ਇੱਕ ਦੇ ਵਿੱਚ ਵਿਲੱਖਣ ਗੁਣ ਨੇ ਸਾਨੂੰ ਉਹ ਗੁਣਾਂ ਨੂੰ ਪਛਾਣਨਾ ਚਾਹੀਦਾ ਸਾਡੀ ਜ਼ਿੰਦਗੀ 'ਚ ਅਪਰਚੂਨਿਟੀਆਂ ਆਉਂਦੀਆਂ ਨੇ ਉਸ ਦਿਓ ਦੇ ਵਾਂਗੂ ਉਸ ਜਾਦੂਗਰ ਦੇ ਵਾਂਗੂ ਉਹਨਾਂ ਨੂੰ ਹਾਸਲ ਕਰਨਾ ਚਾਹੀਦਾ ਤੇ ਅੱਜ ਮੈਂ ਜਿਸ ਮੁਕਾਮ ਤੇ ਖੜਾ ਮੈਂ ਪੂਰੇ ਦੇਸ਼ ਨੂੰ ਤੁਹਾਨੂੰ ਪੰਜਾਬੀਆਂ ਨੂੰ ਇੱਕ ਖਾਸ ਸੁਨੇਹਾ ਦੇਣਾ ਚਾਹਣਾ ਕਿ ਮੈਂ ਪਿਛਲੇ ਦੌਰ ਦੇ ਵਿੱਚ ਪੂਰਾ ਵਰਲਡ ਘੁੰਮਿਆ ਵਰਲਡ ਲੈਵਲ ਤੇ ਕਾਨਫਰੰਸਾਂ ਕਰਵਾਈਆਂ ਨੇ ਅੱਜ ਮੈਂ ਕਹਿ ਸਕਦਾ ਦੁਨੀਆ ਦੇ ਵਿੱਚ ਜੇ ਸਭ ਤੋਂ ਵਧੀਆ ਦੇਸ਼ ਹੈ ਉਹ ਭਾਰਤ ਦੇਸ਼ ਹੈ ਵਧੀਆ ਦੇਸ਼ ਦੇ ਵਿੱਚੋਂ ਮੇਰਾ ਸੂਬਾ ਵੀ ਇੱਕ ਵਧੀਆ ਸੂਬਾ ਹੈ ਪੰਜਾਬ ਹੈ ਅੱਜ ਉੱਥੇ ਦਾ ਨੌਜਵਾਨ ਜਿਹੜਾ ਹੈਗਾ ਉਹ ਸੰਘਰਸ਼ ਕਰਨ ਤੋਂ ਕਤਰਾ ਰਿਹਾ ਤੁਸੀਂ ਡਰ ਗਏ ਹੋ ਤੁਸੀਂ ਕਬਰ ਆ ਗਏ ਹੋ ਤੁਸੀਂ ਅਗਰ ਸਿਲੈਕਟ ਨਹੀਂ ਹੁੰਦੇ ਕਿਤੇ ਸਿੱਧਾ ਤੁਸੀਂ ਜਹਾਜ਼ ਚੜ ਜਾਂਦੇ ਹੋ ਉੱਥੇ ਜਾ ਕੇ ਮਜ਼ਦੂਰੀਆਂ ਕਰਨਾ ਪਸੰਦ ਕਰਦੇ ਹੋ ਅੱਜ ਤੁਸੀਂ ਵੀ ਇੱਥੇ ਰਹਿ ਕੇ ਸਫਲਤਾ ਹਾਸਲ ਕਰ ਸਕਦੇ ਹੋ ਤੁਸੀਂ ਨੌਕਰੀਆਂ ਨੌਕਰੀ ਵੱਲ ਨਾ ਭੱਜਦੇ ਹੋਏ ਆਪਣੇ ਕਾਰੋਬਾਰ ਸਟਾਰਟ ਕਰ ਸਕਦੇ ਹੋ ਬਹੁਤ ਲੋਕ ਕਾਰਨ ਇਹ ਦੱਸਦੇ ਨੇ ਵੀ ਇੱਥੇ ਬੇਰੁਜ਼ਗਾਰੀ ਹੈ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਇੱਥੇ ਕੋਈ ਬੇਰੁਜ਼ਗਾਰੀ ਨਹੀਂ ਹੈਗੀ ਤੇ ਫਿਰ ਇਸ ਦੇ ਪਿੱਛੇ ਕਾਰਨ ਕੀ ਹੋਇਆ ਜਿਹੜਾ ਇੰਨਾ ਸਿਸਟਮ ਜਾ ਰਿਹਾ ਉਹਦਾ ਰੀਜ਼ਨ ਹੈਗੇ ਆ ਅਸੀਂ ਸੰਸਥਾਵਾਂ ਅਸੀਂ ਮਾਪੇ ਤੇ ਸਮਾਜ ਸਾਡੇ ਸੰਸਥਾਵਾਂ ਵਿੱਚੋਂ ਜਦੋਂ ਕੋਈ ਵਿਅਕਤੀ ਬੱਚਾ IAS PCS ਪਾਸ ਕਰਦਾ ਕੋਈ ਜੱਜ ਬਣਦਾ ਜਾਂ ਕੋਈ IIT ਜਰਮੈਸ਼ਨ ਲੈਂਦਾ ਅਸੀਂ ਉਹਦੇ ਪੋਸਟਰ ਲਗਾਉਂਦੇ ਆਂ ਤੇ ਉਸ ਦੀ ਐਡਵਰਟਾਈਜ਼ ਕਰਦੇ ਆਂ ਉਸ ਨੂੰ ਸਨਮਾਨਿਤ ਕਰਦੇ ਆਂ ਉਸ ਦੇ ਮਾਤਾ ਪਿਤਾ ਨੂੰ ਸਨਮਾਨਿਤ ਕਰਦੇ ਆਂ ਪਰ ਕਦੇ ਤੁਸੀਂ ਸੋਚਿਆ ਵੀ ਤੁਹਾਡੇ ਸਕੂਲ ਦੇ ਵਿੱਚੋਂ ਨਿਕਲ ਕੇ ਇੱਕ ਵਿਦਿਆਰਥੀ ਨੇ ਕੋਈ ਪੋਲਟਰੀ ਫਾਰਮ ਖੋਲ੍ਹ ਲਿਆ ਉਸਨੇ ਆਪ ਵੀ ਰੋਜ਼ਗਾਰ ਦਿੱਤਾ ਆਪਣੇ ਆਪ ਨੂੰ ਤੇ 20 ਲੋਕਾਂ ਨੂੰ ਹੋਰ ਰੋਜ਼ਗਾਰ ਦਿੱਤਾ ਕਿਸੇ ਨੇ ਕੋਈ ਵਰਕਸ਼ਾਪ ਖੋਲ੍ਹ ਲਈ ਕਿਸੇ ਨੇ ਕੋਈ ਡੈਰੀ ਫਾਰਮ ਖੋਲ੍ਹ ਲਿਆ ਅਸੀਂ ਕਦੇ ਉਸ ਨੂੰ ਉਤਸ਼ਾਹਤ ਨਹੀਂ ਕੀਤਾ ਤੇ ਇਸ ਲਈ ਲੋਕ ਇਹ ਕੰਮਾਂ ਨੂੰ ਕਰਨ ਤੋਂ ਸ਼ਰਮਿੰਦਗੀ ਮੰਨਣ ਲੱਗ ਗਏ ਅਸੀਂ ਉਹਨਾਂ ਨੂੰ ਰੋਲ ਮਾਡਲ ਦੇ ਤੌਰ ਤੇ ਨਹੀਂ ਦਿੱਤਾ ਜਦੋਂ ਹੁਣ ਅਸੀਂ ਪੰਜਾਬ ਦੀਆਂ ਸੰਸਥਾਵਾਂ ਇਹ ਜੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੇ ਲਿਆਵਾਂਗੇ ਉਹਨਾਂ ਨੂੰ ਮੋਟੀਵੇਟ ਕਰਾਂਗੇ ਸਨਮਾਨਿਤ ਕਰਾਂਗੇ ਤਾਂ ਜਾ ਕੇ ਇਹ ਵਹਾਅ ਰੁਕਣਾ ਜਦੋਂ ਲੋਕਾਂ ਨੂੰ ਸਮਝ ਆਊਗੀ ਕਿ ਉੱਥੇ ਜਾ ਕੇ ਅਸੀਂ ਕੱਲੀ ਮਜ਼ਦੂਰੀ ਕਰਨੀ ਆ ਤੇ ਇੱਥੇ ਅਸੀਂ ਜਿਹੜਾ ਹੈਗਾ ਉਹ ਸਵੇਰ ਰੋਜ਼ਗਾਰ ਵੱਲ ਨੂੰ ਵਧਣਾ ਜੋ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਘਾਟ ਹੈ ਇਸ ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਜਿਹੜਾ ਹੈਗਾ ਐਂਟਰਪ੍ਰੈਨਿਅਰ ਬਣੋ ਆਪ ਵੀ ਰੋਜ਼ਗਾਰ ਲਓ ਦੂਜਿਆਂ ਨੂੰ ਵੀ ਰੋਜ਼ਗਾਰ ਦਿਓ ਅਗਰ ਮੈਂ ਇੱਕ ਫੈਕਟਰੀ ਵਿੱਚ ਉਸ ਟਾਈਮ ਲੱਗ ਜਾਂਦਾ ਤੇ ਮੈਂ ਇੱਕ ਆਪਦਾ ਪਰਿਵਾਰ ਪਾਲ ਰਿਹਾ ਹੁੰਦਾ ਅੱਜ ਮੈਂ ਘੱਟੋ-ਘੱਟ 2000 ਪਰਿਵਾਰਾਂ ਦੇ ਲਈ ਰੋਜ਼ਗਾਰ ਦਾ ਕਾਰਨ ਬਣਿਆ ਹੋਇਆ ਤੁਸੀਂ ਵੀ ਬਣ ਸਕਦੇ ਹੋ ਸੋ ਇਹ oportunidades ਮੇਰੇ ਇਕੱਲੇ ਕੋਲ ਨਹੀਂ ਆਈਆਂ ਤੁਹਾਡੇ ਸਾਰਿਆਂ ਕੋਲ ਨੇ ਆਓ ਆਪਾਂ ਰਲ ਮਿਲ ਕੇ ਇਹਨਾਂ opportunities ਨੂੰ ਜਿਹੜਾ ਹੈਗਾ ਖੁਸ਼ਹਾਲੀ 'ਚ ਬਦਲੀਏ ਕਿਤੇ ਇਹ ਨਾ ਹੋਵੇ ਸਾਡਾ ਇਹ ਸੋਨ ਚੜੀ ਦੇਸ਼ ਤੇ ਮੁੜ ਕੇ ਫੇਰ ਇਹ ਗੁਲਾਮੀ ਦੇ ਜਿਹੜੇ ਅੰਧੇਰਿਆਂ ਦੇ ਵਿੱਚ ਆ ਜੇ ਸੋ ਅਸੀਂ ਇੱਕ ਦੂਜੇ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਅਸਫਲਤਾਵਾਂ ਤੋਂ ਸਿੱਖਿਆ ਲੈਂਦੇ ਹੋਏ ਸਫਲਤਾਵਾਂ ਤੋਂ ਸਿੱਖਿਆ ਲੈਂਦੇ ਹੋਏ ਖੁਸ਼ਹਾਲੀ ਵੱਲ ਨੂੰ ਵਧੀਏ ਤੇ ਉਮੀਦ ਕਰਦਾ ਵੀ ਆਪਾਂ ਸਾਰੇ ਰਲ ਮਿਲ ਕੇ ਇਸ ਦੇਸ਼ ਨੂੰ ਵੇਤਰ ਬਣਾਵਾਂਗੇ ਧੰਨਵਾਦ